ਕੰਡਾ ਕਾਵੀ ਦੇ ਕੰਡੇ ਤੇ ਆਪ ਹੀ ਕੁੱਲੀ ਸੀ ਹੁਣ ਰਾਵੀ ਕਿੱਥੇ ਰਹੇ ਰਾਵੀ ਛੜੇ ਆਏ ਨਾ ਚੱਲ ਇਹ ਕੰਨੀ ਹੋਣਾ ਹੁਣ ਇਹ ਕੰਨੀ ਨਹੀਂ ਦੂਰ ਹੈ ਸੁਭਾਨ ਅੱਲਾਹ ਆਈ ਬਾਦਸ਼ਾਹ ਜੀ ਦੀ ਆਖੇ ਕੋਈ ਕੀ ਲੱਗਦਾ ਸੁਭਾਨ ਅੱਲਾਹ ਐ ਮੋਸ਼ੇ ਕੰਨੇ ਸ਼ਕਰ ਦੇ ਦੇ ਰਾਵੀ ਦੇ ਜੇ ਚਨਾਬ ਦੇ ਕੰਡੇ ਤੇ ਹੁਣ ਚਨਾਬ ਚਨਾਬ ਕਿੱਥੇ ਰਹੇ ਬਾਬਾ ਫਰੀਦ ਤੇ ਪਾਕ ਪਤਨ ਦਾ ਕਿੰਨਾ ਫਾਇਦਾ ਬਾਬਾ ਫਰੀਦ ਪਾਕ ਪਤਨ ਦੇ ਕੰਡੇ ਦੇ ਸਨ ਸਤ ਵੀ ਦੇ ਕੰਡੇ ਤੇ ਸਨ ਹੁਣ ਕਿੱਥੇ ਵੇ ਰਹਿ ਕੇ ਨਹੀਂ ਹੁਣ ਪਰ ਤੇ ਕਿਹੜੀ ਆਲੀ ਬਾਤ ਸੂਈ ਸੁੱਟ ਕੇ ਪਾਣੀ ਜਾਂਦੇ ਨੇ ਉਹ ਮੱਛੀਓ ਆਪਣੀ ਸੂਈ ਦੀ ਰੋਸ਼ਨੀ ਦੀ ਰੋਸ਼ਨੀ ਮੱਛੀ ਸੂਈ ਲੈ ਕੇ ਬਾਹਰ ਅਧਿਕਾਰ ਹੀ ਪਾ ਗਿਆ ਸ਼ੇਰ ਤੇ ਸਵਾਰ ਵੀ ਹੱਥ ਵਿੱਚ ਸਭ ਕੇ ਆ ਨਹੀਂ ਬਾਦਸ਼ਾਹ ਓਏ ਆ ਨਹੀਂ ਹੈ ਬਾਦਸ਼ਾਹ ਲੈ ਕੋਲੀ ਮੁਰਸ਼ਿਦ ਦਾ ਮੁਰੀਦ ਹੈ ਸੁਣ ਲੈ ਸੁਣੀ ਤਬੀਕ ਸ਼ਾਇਦ ਸਾਡੀ ਦਾ ਮੁਰੀਦ ਪਾਣੀ ਚੜ ਗਿਆ ਜਿਵੇਂ ਉਹ ਫੇਰ ਬਣਦਾ ਸੀ ਉਹ ਰਾਤ ਕੋ ਸੂਤ ਕੋ ਕੇ ਜਾਈਏ ਤੇ ਦੇਖ ਬੰਨਾ ਆਖਿਆ ਵੀ ਤੇਰੀ ਉਹ ਘੜੇ ਤੇ ਟੱਪ ਗਈ ਸੀ ਤੇ ਮੈਂ ਸਹੀ ਨਾਲ ਨਹੀਂ ਯਾਦ ਕਰਾ ਰੁਕਣ ਲੱਗਾ ਨਾ ਕਹਿ ਰੱਖਿਆ ਨਾ ਜਿਹਨੇ ਰੁਕਣ ਲੱਗਾ ਥੱਲੇ ਚੁੱਕ ਲਿਆ ਸਾਈਆਂ ਨੇ ਸ਼ਾਇਦ मछियां शेर सप पानी इकबाल कहता है कि मुहम्मद से वफा तूने ਬਲਾਏ ਮਾਰਾ ਸੱਚ ਨਹੀਂ ਮਿਲਦੀ
ਵਲਾਇਤ ਵਿਰਾਸਤ ਚ ਨਹੀਂ ਮਿਲਦੀ, ਵਲਾਇਤ ਵਿਰਾਸਤ ਚ ਨਹੀਂ ਮਿਲਦੀ, ਵਲਾਇਤ ਵਿਰਾਸਤ ਚ ਨਹੀਂ ਮਿਲਦੀ। ਇਹ ਦੁਕਾਨਾਂ ਤੇ ਮਾਰ ਕੇ ਜ਼ਮੀਨ ਨਹੀਂ ਜਿਹੜੀ ਮਿਲ ਜਾਣੀ ਹੈ, ਇਹ ਵਿਰਾਸਤ ਨਹੀਂ ਮਿਲਦੀ। ਕੁਲ ਇਨ ਕੁੰਤੁਮ ਤੁਹਿਬੂਨਾ ਅੱਲਾਹ ਫਤਬਿਊਨੀ ਯੁਹਿਬਕੁਮ ਅੱਲਾਹ। ਆਲੀ ਹੋਵੇ ਮੇਰੇ ਵਰਗਾ ਬੇਅਮਲ ਕਿਸਮ ਨਾ ਹੋਵੇ, ਬਾ ਅਮਲ ਹੋਵੇ, ਮੁਹੰਮਦੀ ਰੰਗ ਚ ਰੰਗਿਆ ਹੋਵੇ ਤੇ ਰੱਬ ਨੂੰ ਪਿਆਰਾ ਲੱਗਦਾ ਜਾਵੇ, ਮੇਰੇ ਯਾਰ ਦਾ ਰੰਗ ਨਾ ਰੰਗਿਆ ਗਿਆ ਹੈ। ਚੰਦ ਜਣੇ ਨੇ ਜਿਨ੍ਹਾਂ ਨੂੰ ਰੱਬ ਨੇ ਗੱਲ ਨਹੀਂ ਮੈਨੂੰ ਨਹੀਂ ਦਿੱਤਾ ਹੈ, ਉਹ ਵੀ ਆਲੇ, ਬਾਕੀ ਤੇ ਸਾਰੇ ਦਸਰਸੇ ਬੜੇ। ਤੁਸੀਂ ਇੱਕ ਵਾਰੀ ਅੱਲਾਹ ਦਾ ਨਾਂ ਲਵੋ ਜਿਹੜਾ ਆਲਿਮ ਨਾ ਲਿਆ। ਬਾਬੇ ਫਰੀਦ ਨੂੰ ਜਾ ਕੇ ਪੜ੍ਹਨਾ ਕਿੱਡਾ ਛੋਟੀ ਨਿਲਾਮੀ ਬਿਜੋਲੀਆ ਪੜ੍ਹ ਕੇ ਵੇਖ ਲੈ, ਇਮਾਮੇ ਰਬਾਨੀ ਮਨਵਾਸੀ ਪੜ੍ਹ ਕੇ ਵੇਖ ਲੈ ਜੀ। ਇਹ ਨਹੀਂ ਨਾ ਨਕਸ਼ਬੰਦੀ ਛਿਪੀ ਨੇ ਫਰੀਦ ਨਵਾਜ਼ ਦੀ ਪੜ੍ਹ ਕੇ ਵੇਖ ਲੈ, ਸ਼ਾਹਬੁੱਦੀ ਸੁਰਵਤ ਨੂੰ ਪੜ੍ਹ ਕੇ ਵੇਖ ਲੈ, ਕੋਈ ਇਹਦਾ ਨਾਂ ਲੈ ਕਿਆ ਇੱਕ ਮਿੰਟ ਵੀ ਇੱਕ ਅੱਧਾ ਇੱਕ ਤੁਸੀਂ ਬੋਲਦੇ ਹੋ ਪੀਰਾਂ ਦਾ ਪੀਰ, ਕੀ ਬੋਲਦੇ ਹੋ ਉਹ ਕਿਹਨੂੰ ਨੂੰ ਕਹਿੰਦੇ ਹੋ? ਰੂਹ ਉਸਤਾਦ ਉਸਤਾਦ ਕੁਰਾਨ ਦੇ ਹਾਫਿਜ਼ ਸਨ, ਕਾਰੀ ਸਨ, ਹਜ਼ਾਰਾਂ ਉਲਮਾ ਦੇ ਉਸਤਾਦ ਸਨ, ਇੱਕ ਮਸੀਤ ਦੇ ਇਮਾਮ ਸਨ, ਇੱਕ ਮਸਜਿਦ ਦੇ ਖਤੀਬ ਸਨ, ਔਰ ਅਦਾਰੇ ਦੇ ਮੁਹੱਤਮ ਸਨ, ਸ਼ੇਖ ਉਲ ਹਦੀਸ ਸਨ, ਇੱਕ ਪੰਜਾਂ ਛਿਆਂ ਸਵਾਨਾਂ ਤੋਂ ਬਾਤ ਕਰਦੇ ਹਜ਼ਰਤ ਮੌਲਾਨਾ ਸੈਯਦ ਅਬਦੁਲ ਕਾਦਰ ਕੀ ਰਾਣੀ ਦੇ ਸਾਹਿਬ ਦਰਬਾਰ ਤੇ ਜਾਣਾ ਸਰਮ ਨਹੀਂ, ਮੈਂ ਜਾਣਨਾ ਜਾਂਦੇ ਰਿਹਾ ਤੁਸੀਂ ਮਗਰ ਮਸਲੇ ਕਰਦਾ ਮਗਰ ਜਿਹੜਾ ਤੁਹਾਨੂੰ ਸਮਝਾਉਣਾ ਸਮਝੋ ਕੀ ਕੋਲ ਜਾਣਾ ਫਰਜ਼ ਨਹੀਂ, ਉਸ ਤੇ ਜਾਣਾ ਫਰਜ਼ ਨਹੀਂ।